ਜਵਾਬ ਵੀ ਦੇ ਦਿੰਦੇ ਆਪਾਂ, ਹਾਂ ਜਵਾਬ ਦੇ ਦਿੰਦੇ ਜੀ ਅਸੀਂ ਨਾ ਆਉਂਦੇ, ਹੁਣ ਅਸੀਂ ਖਰਚਾ ਕਰਕੇ ਆਏ ਹਾਂ, ਸਾਨੂੰ ਕੋਈ ਫਾਇਦਾ ਨਾ ਨਿਕਲਿਆ, ਬਾਕੀ ਸਿਰੇ ਹੁਣ ਤੁਹਾਨੂੰ ਮੈਂ ਦੀਸਦੀਆਂ ਵੀ 100 ਦੀ 100 ਹੈਗੀਆਂ, ਇਹ 70 ਜੇ ਡਾਕਟਰ ਨੇ ਆਉਣਾ ਤਾਂ ਉਹ 'ਚ ਤਾਂ ਕੋਈ ਮੇਰੀ ਉਹ ਨਹੀਂ ਹੈਗੀ। ਫਿਰ ਕਹਿੰਦੇ ਡਾਕਟਰ ਦੀ ਟੀਮ ਬੈਠੂਗੀ, ਉਹਨਾਂ ਨੇ ਸਾਨੂੰ ਇਹ ਵੀ ਦਿਲਾਇਆ, ਉਹ ਦਿੱਤਾ ਸੀ ਵੀ ਡਾਕਟਰ ਦੀ ਟੀਮ ਬੈਠੂਗੀ, ਮੌਕ ਦੇ ਡਾਕਟਰ ਦੇਖ ਲੈਣਗੇ ਵੀ ਜੇ ਹੋਇਆ ਤਾਂ ਯੋਗ ਹੋਏ ਤਾਂ ਆਪਾਂ ਦਵਾ ਦਾਂਗੇ। ਹੁਣ ਕੀ ਮੰਗ ਕਰਦੇ ਸਰਕਾਰ? ਹੁਣ ਅਸੀਂ ਤਾਂ ਮੰਗ ਇਹੀ ਕਰਦੇ ਵੀ ਮੂਰਖ ਨਾ ਬਣਾਇਆ ਜਾਵੇ। ਨਾ ਵੀ ਮੈਂ ਆਹ ਖੜੀ ਦੇਖੀ ਸੀ ਵੀ ਸ਼ਾਇਦ ਮਿਲੀ ਹੋਵੇ, ਇਹ ਵੀ ਕਹਿੰਦੇ ਮੈਂ ਲਾ ਦੀ ਇਹਨਾਂ ਦੀ ਆਪ ਦੀ ਆ ਘਰੇਲੂ ਆ ਇਹ, ਹਾਂ ਵੀ ਇਹ ਸ਼ਾਇਦ ਕੋਈ ਦਿੱਤੀ ਕਿਸੇ ਨੂੰ ਨਹੀਂ। ਮਾਨਸਾ ਦੇ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਭਾਗ ਦਫ਼ਤਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇੱਥੇ ਕੈਂਪ ਲਗਾਇਆ ਗਿਆ ਸੀ, ਅਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਇਹ ਤਸਵੀਰਾਂ ਮਾਨਸਾ ਨੇ ਜਿਸ ਜਗ੍ਹਾ ਦੇ ਉੱਪਰ ਕੈਂਪ ਲੱਗਿਆ ਗਾ, ਤਾਂ ਜ਼ਿਲ੍ਹਾ ਪੱਧਰੀ ਇੱਕ ਸਮਾਗਮ ਕਰਵਾਇਆ ਗਿਆ ਸੀਗਾ ਅੰਗਹੀਣਾਂ ਦੇ ਲਈ, ਜਿੱਥੇ ਕਿਹਾ ਗਿਆ ਸੀ ਕਿ ਅੰਗਹੀਣਾਂ ਦੇ ਲਈ ਇਹ ਕੈਂਪ ਦੇ ਵਿੱਚ ਮਸ਼ੀਨਾਂ, ਕੰਨ ਵਾਲੀਆਂ ਅਤੇ ਟਰਾਈ ਸਾਈਕਲ ਅਤੇ ਹੋਰ ਜਿਹੜੀਆਂ ਅੰਗਹੀਣਾਂ ਦੇ ਲਈ ਬਣਾਉਟੀ ਜਿਹੜੇ ਅੰਗ ਨੇ ਉਹ ਵੀ ਦਿੱਤੇ ਜਾਣਗੇ, ਇਸ ਦੀ ਜਿਹੜੀ ਲੋਕਾਂ 'ਚ ਇੱਕ ਇਨਫੋਰਮੇਸ਼ਨ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਅੰਗਹੀਣ ਜਿਹੜੇ ਪਹੁੰਚੇ ਸੀ ਗੱਲ ਕਰਾਂਗੇ ਅਸੀਂ, ਸਾਡੇ ਨਾਲ ਕੁਝ ਮੌਜੂਦ ਨੇ। ਭਾਅ ਜੀ ਕੀ ਨਾਮ ਆ? ਹਾਕਮ ਸਿੰਘ। ਹਾਕਮ ਕਿੱਥੋਂ ਆਏ ਸੀਗੇ? ਮਾਨਸਾ ਦੇ ਲੋਕਲ। ਕੀ ਕੈਂਪ ਦੇ ਵਿੱਚ ਕਹਿ ਕੇ ਬੁਲਾਇਆ ਸੀ? ਤਬਿੰਤਾ ਐ ਵੀ ਮੇਰਾ ਹੈਂਡੀਕੈਪਟ 100% ਆ ਵੀ ਮੈਨੂੰ ਐਂ ਵੀ ਛੋਟੀਆਂ ਖਿਲਾਉੜੀਆਂ ਜਾਂ ਮੈਨੂੰ ਹੋਰ ਚੀਜ਼ਾਂ ਹੀ ਚਾਹੀਦੀਆਂ ਨੇ। ਥੋੜ੍ਹਾ ਲੇਟ ਸੀ, ਮੰਤਰੀ ਆ ਕੇ ਪਹਿਲਾਂ ਵਾਗਿਆ, ਅਤੇ ਆਹ ਕਬ ਤੱਕ ਤਾਂ ਨਹੀਂ, ਡੀ ਸੀ ਸਾਹਿਬ ਵੀ ਆ ਕੇ ਵਾਗੇ ਹੋਣਾ, ਕਿਉਂਕਿ ਉੱਥੇ ਆ ਫਿਰਦੇ ਨੇ ਵਿਚਾਰੇ, ਆ ਪਾਲੇ 'ਚ ਅੰਗਹੀਣ ਵਿਚਾਰੇ, ਜਮਾਂ ਕੋਈ ਰਾਕਸੀ ਘਰ ਚਾਰ ਚਾੜ ਜਾਣੇ ਉਹਨਾਂ ਨਾਲ ਆਏ ਨੇ, ਹੈਰਾਨਗੀ ਆ। ਮੈਂ ਇਸ ਤਰ੍ਹਾਂ ਚੱਲ ਮਾਨਸਾ ਦੇ ਲੋਕ ਰਹਿਣ ਵਾਲੇ, ਇਸ ਤਰ੍ਹਾਂ ਚੱਲ ਵਗ ਜਾਏ ਘਰ ਵੀ, ਪਰ ਠੰਡ 'ਚ ਚੱਕਣਾ ਕਿਸੇ ਨੂੰ ਤੁਰਿਆ ਵੀ ਨਹੀਂ ਜਾਂਦਾ, ਕਈ ਦਿਨ ਦੋਨੇ ਲੱਤਾਂ ਹੈ ਨਹੀਂ, ਕਈ ਇੱਕ ਲੱਤ ਮਾਰੀ ਆ, ਕੋਈ ਕਿਵੇਂ, ਬੜੀ ਹੈਰਾਨਗੀ ਹੈ। ਹਾਂ ਤੰਦਰੁਸਤ ਬੰਦਾ ਤਾਂ ਜਰਕ ਦੇਣੇ ਵਾਸਤੇ ਚੜ੍ਹ ਕੇ ਆ ਜਾਂਦਾ, ਇਹਨੂੰ ਇਹਦੇ ਨਾਲ ਚਾਰ ਬੰਦੇ ਇਹਨੂੰ ਚੱਕ ਕੇ ਲਿਆਉਂਦੇ ਅੰਗਹੀਣ ਨੂੰ, ਕੋਈ 80 ਆ, ਕੋਈ 100 ਆ, ਕੋਈ 60 ਹੈ। ਅਫਸਰ ਕਹਿੰਦੇ ਵੀ ਅਸੀਂ ਤੁਹਾਡੇ ਫਾਇਦੇ ਲਈ ਕੀਤਾ ਇਹ, ਅਫਸਰਾਂ ਤਾਂ ਹੁਣ ਜੇ ਇਹ ਕਰਨਗੇ ਵੀ ਫਿਰ ਹੀ ਇਹ ਕਰਦੇ, ਅਸੀਂ ਨਹੀਂ ਇਕੱਲਾ ਇਕੱਲੇ ਕੈਂਪ ਲਾਉਣ ਵਾਲੇ ਵੀ ਕਹਿੰਦੇ, ਕੈਂਪ ਲਾਉਣ ਨਾਲ ਕੋਈ ਹੋਜੂ। ਹੋਰ ਵੀ ਨਾਲ ਬਾਈ ਜੀ, ਕੀ ਨਾਮ ਤੁਹਾਡਾ? ਰੂਪੀ ਸਿੰਘ ਸਰ। ਰੂਪੀ ਕੀ ਲੈ ਕੇ ਆਏ, ਕਿਹਦੇ ਨਾਲ ਆਏ ਹੋਗੇ ਤੁਸੀਂ ਇੱਥੇ? ਮੈਂ ਚਾਚਾ ਜੀ ਨੂੰ ਲੈ ਕੇ ਆਏ ਸਰ। ਕੀ ਤਕਲੀਫ ਸੀ? ਤਕਲੀਫ ਉਹਦਾ ਗੋਡਿਆਂ ਤੋਂ ਤੁਰਿਆ ਨਹੀਂ ਆਉਂਦਾ ਜੀ ਉੱਥੋਂ, ਵੀ ਗੋਡਿਆਂ ਕੋਈ ਜਿਹੜੀ ਕੋਈ ਸਕੀਮ ਚੱਲ ਰਹੀ ਗੌਰਮੈਂਟ ਦੀ ਗੁੱਦੇ ਦੀ, ਕੀ ਹੋਇਆ ਫਿਰ ਆ ਕੇ? ਹਾਂ ਇਹਦਾ ਕੁਛ ਨਹੀਂ, ਇਹਦਾ ਜਾ ਹੀ ਜਾਂਦੇ ਨੇ ਅੰਦਰ, ਅੰਦਰ ਜਾਏ ਤਾਂ ਪਤਾ ਲੱਗੂ ਸਰ। ਕੀ ਤੁਹਾਨੂੰ ਸੂਚਨਾ ਮਿਲੀ ਸੀ ਵੀ ਕੀ ਹੋ ਰਿਹਾ ਹੈਗਾ ਇੱਥੇ ਕੈਂਪ 'ਚ? ਵੀ ਕੈਂਪ 'ਚ ਵੀ ਜੋ ਕੋਈ ਅੰਗਹੀਣ ਹੈਗਾ ਉਹਨੂੰ ਕੋਈ ਸਾਈਕਲੀਆਂ ਜਾਂ ਕੋਈ ਜਿਵੇਂ ਹੱਥਾਂ ਕੰਮ ਨਹੀਂ ਆਉਂਦਾ, ਕੋਈ ਵੀ ਜਿਹੀ ਜਿਹੀ ਚੀਜ਼ ਆ ਉਹਨੂੰ ਦੇਈ ਜਾਊਗੀ, ਬਸ ਇਹੀ ਚੀਜ਼ ਹੈ ਸਰ। ਹੁਣ ਇੱਥੇ ਮਿਲਿਆ ਕਿਸੇ ਨੂੰ ਕੁਛ? ਹਾਂਜੀ ਇਹਦਾ ਕਰ ਕੋਈ ਨਹੀਂ, ਇਹਦਾ ਫਾਰਮ ਫੂਰਮ ਕਾਰਵਾਈਆਂ ਚੱਲੀ ਜਾਂਦੀਆਂ ਫਾਰਮਾਂ ਦੀਆਂ, ਮਿਲਿਆ ਕਰ ਕੁਛ ਨਾ ਕੁਛ ਨਹੀਂ ਹੈਗਾ। ਕੀ ਮੰਗ ਕਰਦੇ ਸਰਕਾਰ ਨੂੰ? ਸਰਕਾਰ ਨੂੰ ਕਹਿਣਾ ਵੀ ਜੇ ਵਾਅਦੇ ਕਰਦੀ ਹੈ ਤਾਂ ਇਹਨੂੰ ਪੂਰ ਕਰੋ, ਮੈਨੂੰ ਲਾਰੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ, ਵੀ ਵਿਚਾਰੇ ਠੰਡ 'ਚ ਆਉਂਦੇ, ਤੜਕੇ ਸਵੇਰੇ ਹੀ ਆਉਂਦੇ ਚੱਲ ਕੇ, ਵੀ ਇਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਕੁਛ ਆ ਜੇ ਹਿਸਾਬ ਨਾਲ ਹੋਵੇ। ਵਿਚਾਰਿਆਂ ਦੇ ਕੋਈ ਹੱਥ ਵਿੱਚ ਕਿਸੇ ਦੇ ਹੱਥ ਖਰਾਬ ਨੇ, ਕਿਸੇ ਦੇ ਗੋਡੇ ਨਹੀਂ ਕੰਮ ਕਰਦੇ, ਕੋਈ ਲੱਤਾਂ ਵੱਢੀਆਂ ਕਿਸੇ ਦੀਆਂ, ਵੀ ਇਹਨਾਂ ਵੀ ਉਹ ਕਰੋ ਸਰ, ਵੀ ਜਿਹੜਾ ਕੁਛ ਇਹਨਾਂ ਮਿਲਣਾ ਚਾਹੀਦਾ ਸਰਕਾਰ ਤੋਂ, ਇਹੀ ਮੰਗਾਂ ਨੇ। ਹੋਰ ਵੀ ਸਾਡੇ ਨਾਲ ਲੋਕ ਨੇ ਇੱਥੇ, ਕੀ ਨਾਮ ਆ ਜੀ? ਹਾਂ ਗੁਰਮੇਲ ਸਿੰਘ ਆ ਜੀ। ਗੁਰਮੇਲ ਜੀ, ਕੈਂਪ 'ਚ ਆਏ ਸੀ, ਕੀ ਸੀਗਾ ਇੱਥੇ ਕੈਂਪ ਦਾ ਪਤਾ ਸੀ? ਹਾਂ ਕੈਂਪ 'ਚ ਆਏ ਸੀ ਜੀ, ਸਾਨੂੰ ਪਤਾ ਲੱਗਿਆ ਫੇਸਬੁੱਕ ਦੇ ਉੱਪਰ ਵੀ ਕੱਲ੍ਹ ਹੀ, ਉਹ ਪੜ੍ਹ ਕੇ ਸ਼ਾਇਦ ਵੀ ਇਸ ਤਰ੍ਹਾਂ ਦਾ ਬੈਟਰੀ ਵਾਲੀ ਸਕੂਟਰੀ ਮਿਲ ਜੂਗੀ, ਕਿਉਂਕਿ ਅਸੀਂ ਚੱਲ ਫਿਰ ਨਹੀਂ, ਤੁਸੀਂ ਦੇਖ ਹੀ ਲਓ, ਨਿਗਾਹ ਮਾਰ ਲਓ, ਪਤਾ ਲੱਗ ਜੂਗਾ ਹੈ ਨਾ
ਅਤੇ ਪਰ ਇਹ ਆਪਣੀ ਇੱਥੇ ਕੈਂਪ 'ਚ ਪਤਾ ਲੱਗਿਆ ਵੀ 100% ਵਾਲਿਆਂ ਨੂੰ, ਸਾਡੇ ਹੁਣ ਕਿਸੇ ਦਾ 70 ਹੈ, ਕਿਸੇ ਦਾ 80 ਹੈ, ਵਿਕਲਾਂਗ ਹੀ ਜ਼ਮੀਨ ਅਤੇ ਕਿਸੇ ਕੰਮ ਕਾਰ ਜੋਗਰੇ ਨਹੀਂ ਹੈਗੇ, ਕੋਈ ਕੁਛ ਕਰ ਨਹੀਂ ਸਕਦੇ, ਪਰ ਆ ਸਹੀ ਰੱਖ ਕੇ ਆਏ ਸੀ ਕਿਉਂਕਿ ਜੇ ਕੋਈ ਭੈਣ ਭਾਈ ਉੱਦਾਂ ਵੀ ਇੰਜੋਏ ਆ ਜਿਵੇਂ ਉਹ ਵੀ ਸ਼ਾਇਦ ਸਹਾਇਤਾ ਕੋਈ ਨਾ ਕੋਈ ਕਰੂ, ਸਰਕਾਰ ਵੱਲੋਂ ਤਾਂ ਸਾਨੂੰ ਪਤਾ ਹੀ ਹੈ ਨਾ ਅਤੇ ਵੀ ਕੀ ਕੁਛ ਮਿਲਿਆ ਅਤੇ ਅੱਜ ਹੁਣ ਬਹੁਤ ਆਇਆ ਪਰ ਸਿਰਫ ਰਜਿਸਟਰੇਟ ਨਹੀਂ ਹੋ ਰਿਹਾ, ਸਮਾਨ ਨਹੀਂ ਕੋਈ ਮਿਲਿਆ। ਤੁਹਾਨੂੰ ਕੀ ਮੈਸੇਜ ਲੱਗਿਆ ਸੀ ਵੀ ਕੀ ਹੋਏਗਾ ਅੱਜ? ਹਾਂ ਅੱਜ ਸਾਨੂੰ ਐਸੀ ਵੀ ਚੱਲ ਆ ਚਾਹੇ ਵੀ ਸਾਡੀ ਸੁਣੀ ਜਾਊ ਵੀ ਅਸੀਂ ਜੋ ਚੱਲ ਫਿਰ ਹੀ ਨਹੀਂ ਸਕਦੇ ਹੈ ਨਾ, ਉਹਦੇ ਪਿੱਛੇ ਕੋਈ ਨਾ ਕੋਈ ਸਾਨੂੰ ਸਹੂਲਤ ਮਿਲ ਜੂ ਤੁਰਨ ਫਿਰਨ ਵਾਸਤੇ ਵੀ ਅਸੀਂ ਵੀ ਜਿੱਥੇ ਕੋਈ ਪ੍ਰੋਗਰਾਮ ਹੁੰਦੇ ਆ ਜਾਂ ਗੁਰੂ ਘਰ ਧਾਰਮਿਕ ਆ ਵੀ ਉੱਥੇ ਸਾਡਾ ਜੀ ਕਰਦਾ, ਪਰ ਆਹ ਦੇਖੋ ਹੁਣ ਵੀ ਇੱਦਾਂ ਨਾਲ ਤੁਰ ਕੇ ਜਾ ਨਹੀਂ ਸਕਦੇ ਉੱਚੇ ਨੀਵੇਂ 'ਚ ਵੀ ਉਹਦੇ ਨਾਲ ਅਸੀਂ ਕਿਸੇ ਨਾ ਕਿਸੇ ਭੈਣ ਭਾਈਆਂ 'ਚ ਮਿਲਵਰਤਨ ਕਰ ਸਕਦੇ। ਨਾ ਜੀ ਇਹਦੇ ਬਾਰੇ ਸਾਨੂੰ ਇਹ ਸੀ ਵੀ ਸ਼ਾਇਦ ਵੀ ਸਮਾਨ ਮਿਲੂ, ਕੰਨਾਂ ਵਾਲੀਆਂ ਮਸ਼ੀਨਾਂ ਬਾਰੇ ਵੀ ਦਿੱਤਾ ਹੋਇਆ ਸੀ ਅਤੇ ਅੰਗਾਂ ਬਾਰੇ ਵੀ ਦਿੱਤਾ ਹੋਇਆ ਸੀ ਵੀ ਇਹ ਮਿਲਣਗੇ, ਇਸ ਤਰ੍ਹਾਂ ਵੀ ਇਲੈਕਟ੍ਰੋਨਿਕ ਸਕੂਟਰੀਆਂ ਵੀ ਮਿਲਣਗੀਆਂ, ਪਰ ਇਸੇ ਕਰਕੇ ਵੀ ਜੀ ਚੱਲ ਆਪਣਾ ਇਹ ਸਾਧਨ ਮਿਲ ਜੇ ਅਤੇ ਸਰਕਾਰ ਦਾ ਵੀ ਅਤੇ ਭੈਣ ਭਾਈਆਂ ਦਾ ਵੀ ਇਹ ਘੱਟੋ ਘੱਟ ਵੀ ਅਸੀਂ ਵੀ ਤੁਹਾਡੇ ਵਿੱਚ ਵਿਚਰਦੇ ਹੋਈਏ, ਕਿਉਂ ਹੁਣ ਇੱਕੇ ਥਾਂ 'ਤੇ ਬੈਠੇ ਹਾਂ ਜੀ ਅਤੇ ਸਾਡਾ ਵੀ ਮਨ ਬੜਾ ਖਾਂਦਾ ਵੀ ਅਸੀਂ ਭੈਣ ਭਾਈਆਂ ਨੂੰ ਮਿਲੀ, ਜਿਵੇਂ ਤੁਸੀਂ ਅੱਜ ਮਿਲ ਰਹੇ ਹੋ, ਫਿਰ ਹੁਣ ਇੰਨੀ ਬਰਫ਼ ਪੈਂਦੀ ਸੀ ਅੱਜ ਦੇਖ ਲਾ ਧੁੰਦ ਸੀ, ਘੱਟੋ ਘੱਟ ਘੰਟੇ ਡੇਢ ਘੰਟੇ 'ਚ ਉੱਥੋਂ ਅਸੀਂ ਪਹੁੰਚੇ ਹਾਂ, ਪਰ ਆ ਕੇ ਦੇਖਿਆ ਵੀ ਸ਼ਾਇਦ ਕੁਛ ਨਾ ਕੁਛ, ਪਰ ਨਹੀਂ ਵੀ ਹੁਣ ਵਾਪਸ ਹੀ ਜਾ ਰਹੇ ਹਾਂ। ਹੁਣ ਡਾਕਟਰ ਸਾਹਿਬ ਨੂੰ ਮਿਲੋ, ਕਹਿੰਦੇ ਵੀ 100 ਵਾਲਿਆਂ ਨੂੰ ਮਿਲਣੀ ਆ, ਚਲੋ ਉਹਨਾਂ ਦਾ ਵੀ ਧੰਨਵਾਦ, ਕਿਸੇ ਨੂੰ ਤਾਂ ਮਿਲ ਗਈ ਹੈ ਨਾ। ਹਾਂ ਦਿੱਤੀ ਆ ਕਿਸੇ ਨੂੰ ਕੋਈ ਮਸ਼ੀਨ? ਨਾ ਵੀ ਮੈਂ ਆਹ ਵੀ ਖੜੀ ਦੇਖੀ ਸੀ ਵੀ ਸ਼ਾਇਦ ਮਿਲੀ ਹੋਵੇ, ਇਹ ਵੀ ਕਹਿੰਦੇ ਮੈਂ ਲਾ ਦੀ ਇਹਨਾਂ ਦੀ ਆਪਦੀ ਹੋਈ ਆ, ਘਰੇਲੂ ਆ ਇਹ। ਹਾਂ ਵੀ ਇਹ ਸ਼ਾਇਦ ਕੋਈ ਦਿੱਤੀ ਕਿਸੇ ਨੂੰ ਨਹੀਂ, ਅਤੇ ਸਿਰਫ ਇੰਨਾ ਇੰਨੇ ਹੋਇਆ ਆਪਣੇ MLA ਸਾਹਿਬ ਵੀ ਕਹਿ ਗਏ ਅਤੇ SDM ਸਾਹਿਬ ਵੀ ਕਹਿ ਗਏ ਅਤੇ ਮੈਡਮ ਜੀ ਨੇ ਵੀ ਕਿਹਾ, ਆ ਵਿਚਾਰ ਉਹਨਾਂ ਦੇ ਸੁਣੇ ਆ ਅਤੇ ਵਿਚਾਰ ਚੰਗੇ ਆ, ਪਰ ਇਕੱਲੇ ਵਿਚਾਰ ਕੀ ਕਰਾਂਗੇ ਹੈ ਨਾ ਜੀ, ਸਹੂਲਤ ਹੀ ਨਾ ਵੀ ਬਿਲਕੁਲ ਸਹੂਲਤ ਮਿਲੇ ਸਾਨੂੰ। ਇੱਥੇ ਮਾਨਸਾ ਦੇ ਵਿੱਚ ਕੈਂਪ ਦਾ ਆਯੋਜਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਗਹੀਣ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਸੀਗੇ ਅਤੇ ਉਹਨਾਂ ਨੇ ਜਿਹੜਾ ਆਪਣਾ ਰੋਸ ਵੀ ਜਿਤਾਇਆ ਕਿ ਉਹਨਾਂ ਨੂੰ ਜਿਹੜਾ ਇੱਥੇ ਠੰਡ ਦੇ ਵਿੱਚ ਬੁਲਾ ਕੇ ਖੱਜਲ ਕੀਤਾ ਗਿਆ, ਕਿਉਂਕਿ ਉਹਨਾਂ ਤੱਕ ਜਿਹੜੀ ਇਨਫੋਰਮੇਸ਼ਨ ਇਹ ਪਹੁੰਚੀ ਸੀ ਕਿ ਕੈਂਪ ਦੇ ਵਿੱਚ ਜਿੱਥੇ ਅਸੈਸਮੈਂਟ ਹੋਏਗੀ ਉੱਥੇ ਜਿਹੜਾ ਉਹਨਾਂ ਨੂੰ ਸਮਾਨ ਵੀ ਮੁਹੱਈਆ ਕਰਵਾਇਆ ਜਾਏਗਾ। ਤਾਂ ਦੂਜੇ ਪਾਸੇ ਸਾਡਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਵੀ ਜਿਹੜਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਹਾ ਕਿ ਉਹ ਅੱਗੇ ਤੋਂ ਜਿਹੜਾ ਅਜਿਹਾ ਮਾਮਲਾ ਸਾਹਮਣੇ ਨਹੀਂ ਆਏਗਾ, ਕਿਸੇ ਵੱਲੋਂ ਜਿਹੜੀ ਗਲਤ ਇਨਫੋਰਮੇਸ਼ਨ ਮੁਹੱਈਆ ਕਰਵਾ ਦਿੱਤੀ ਗਈ ਹੈ। ਲੋੜ ਆ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਮੀਨੀ ਪੱਧਰ 'ਤੇ ਇਸ ਤਰ੍ਹਾਂ ਧਿਆਨ ਦੇਣ ਦੀ ਤਾਂ ਕਿ ਅੰਗਹੀਣਾਂ ਨੂੰ ਜਾਂ ਹਰ ਹੋਰ ਕੋਈ ਵਰਗ ਇਸ ਤਰ੍ਹਾਂ ਖੱਜਲ ਨਾ ਹੋਵੇ। ਮੇਰਾ ਨਾਂ ਕਾਕੂ ਬਰੇਟਾ ਜੀ। ਹਾਂਜੀ, ਕੀ ਕਹੋਗੇ ਇੱਥੇ ਕੀ ਲੈ ਕੇ ਆਏ ਸੀ, ਕੀ ਹੋਇਆਗਾ? ਮੈਂ ਬਰੇਟੇ ਦਾ ਵਸਨੀਕ ਹੈ ਜੀ, ਮੈਂ ਬਰੇਟੇ ਤੋਂ ਨਾ ਇੱਕ ਕੇਸ ਲੈ ਕੇ ਆਇਆ ਸੀ। ਇਹ ਸਾਡੇ ਬਰੇਟੇ ਵਿਆਹੇ ਹੋਏ ਨੇ ਅਤੇ ਉਹਨਾਂ ਨੂੰ ਮੈਂ ਕੱਲ੍ਹ NGO ਨੂੰ ਮੰਨ ਲਓ ਕਿਹਾ ਵੀ ਇੱਕ ਕੇਸ ਹੈ ਆਪਣੇ ਕੋਲ, ਵੀ ਉਹ ਵਿਚਾਰੀ ਨਾ ਆਉਣ ਜਾਣ ਵਾਸਤੇ ਬਹੁਤ ਦਿੱਕਤ ਹੈ ਇਹਨੂੰ। ਕਹਿੰਦੇ ਜੀ ਕੋਈ ਗੱਲ ਨਹੀਂ, ਤੁਸੀਂ ਫਾਰਮ ਅਪਲਾਈ ਕਰ ਦਿਓ। ਮੈਂ ਵਟਸਐਪ 'ਤੇ ਫਾਰਮ ਅਪਲਾਈ ਕਰਤੇ ਜੀ, ਉਹ ਕਹਿੰਦੇ ਜੀ ਮੌਕੇ 'ਤੇ ਮੈਂ ਉਹਨੂੰ ਦੱਸਿਆ ਵੀ 70% ਡਾਕਟਰ ਨੇ ਕਿਤੇ ਗਲਤੀ ਨਾਲ 70% ਬਣ ਗਿਆ ਜੀ ਇਹ। ਚਲੋ ਉਹ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਆ ਜਿਓ ਉੱਥੇ। ਚਲੋ ਅਸੀਂ ਆ ਗਏ ਜੀ। ਹੁਣ ਵੀ ਮੈਂ MLA ਸਾਹਿਬ ਬੈਠੇ ਸੀ ਉਦੋਂ ਵੀ ਮੈਂ ਗੱਲ ਕੀਤੀ ਸੀ, ਚਲੋ DC ਸਾਹਿਬ ਬੈਠੇ ਸੀ ਉਦੋਂ ਵੀ ਮੈਂ ਗੱਲ ਕੀਤੀ ਸੀ। ਉਦੋਂ ਕਹਿੰਦੇ ਜੀ ਅਸੀਂ ਮੌਕਾ, ਕਹਿੰਦੇ ਜੀ ਠੀਕ ਹੈ ਜੀ ਅਸੀਂ ਹੋ ਜੂਗਾ ਇਹ ਕੇਸ ਹੋ ਜੂਗਾ। ਹੁਣ ਜਦੋਂ ਅੰਦਰ ਗਏ ਜੀ, ਅੰਦਰ ਉਹਨਾਂ ਨੇ ਜਵਾਬ ਦੇ ਤਾ, ਕਹਿੰਦੇ ਜੀ ਇਹੀ ਚੱਲੂਗਾ ਜੀ। ਮੈਂ ਫਿਰ ਇਹ 1000 ਰੁਪਇਆ ਖਰਚ ਕਰਕੇ ਆਈ ਹੈ ਟੈਂਪੋ, ਮੰਨ ਲਓ ਸਾਧਨ ਲੈ ਕੇ ਆਈ ਹੈ ਵਿਚਾਰੀ, ਹੁਣ ਇਹਦੀ ਇਹਨੂੰ ਤਾਂ ਬਹੁਤ ਦਿੱਕਤ ਆ ਗਈ, ਹੁਣ ਇਹ ਮੁੱਕਰਨਾ ਤਾਂ ਇਹਨਾਂ ਦੀ ਗਲਤੀ ਹੈ ਜੀ, ਫਿਰ ਇਹ ਚੰਗੀ ਗੱਲ ਨਹੀਂ ਹੈਗੀ। ਇਸ ਕਰਕੇ ਮੈਂ ਕਹਿੰਦਾ ਵੀ ਇਹ ਵੀ ਇਹਨਾਂ ਨੂੰ ਵੀ ਹਾਲਾਤ ਦੇਖੇ ਜਾਣਗੇ ਜੀ।
ਵੀ ਹਾਲਾਤ ਇਹਨਾਂ ਦੇ ਦੇਖ ਲਾਂਗੇ, ਹਾਲਾਤ ਦੇ ਮੁਤਾਬਕ ਵੀ ਆਪਣਾ ਆਪਣੀ ਬੈਟਰੀ ਵਾਲੀ ਸਾਈਕਲ ਹੀ ਮਿਲ ਜਾਏਗੀ। ਮੈਂ ਕਿਹਾ ਚਲੋ ਠੀਕ ਹੈ ਜੀ। ਨਾ ਜੀ ਹੁਣ ਤਾਂ ਸਾਨੂੰ ਤਾਂ ਜਵਾਬ ਦੇ ਤਾ ਜੀ ਉਹਨਾਂ ਨੇ। ਨਾ ਜੀ ਹਾਂਜੀ ਉਰੇ ਆ ਕੇ ਕਿਹਾ ਜੀ ਇਹਨਾਂ ਨੇ, ਪੋਸਟਾਂ ਪਾਈਆਂ ਹੋਈਆਂ ਸੀ ਪਹਿਲਾਂ, ਪੋਸਟਾਂ ਪਾਈਆਂ ਸੀ ਵੀ ਮਿਲਣਗੀਆਂ। ਮੈਂ ਉਹ ਪੋਸਟਾਂ ਨੂੰ ਦੇਖ ਕੇ ਮੈਂ ਇਹਨਾਂ ਨੂੰ ਵਿਚਾਰੇ ਨੂੰ ਕਹਿਤਾ ਵੀ ਚਲੋ ਜੀ ਮੈਂ ਤੁਹਾਨੂੰ ਦਵਾ ਲਵਾਂਗਾ, ਪਰ ਉਰੇ ਆ ਕੇ ਕੋਈ ਹੋਰੇ ਕੁਛ ਨਿਕਲਿਆ। ਮੈਂ ਤਾਂ ਜੀ ਹੁਣ ਬੈਟਰੀ ਸਕੂਟਰੀ ਲੈਣ ਵਾਸਤੇ ਪਹੁੰਚੀ ਸੀ ਉਰ, ਵੀ ਇਹਨੇ ਵੀਰ ਨੇ ਕਿਹਾ ਸੀ ਵੀ ਤੁਹਾਨੂੰ ਦਵਾ ਲਿਆਵਾਂਗੇ, ਹੁਣ ਉਰੇ ਆ ਕੇ ਕਹਿੰਦੇ ਕਿ ਸਰਟੀਫਿਕੇਟ ਦਾ ਉਹ ਚੱਲੂਗਾ, ਸਰਟੀਫਿਕੇਟ ਚੱਲੂਗਾ, ਵੀ ਹੁਣ ਹਾਲਾਤ ਤਾਂ ਤੁਹਾਨੂੰ ਦਿਸਦੀ ਨੇ ਵੀ 100-100 ਹੀਆਂ, ਵੀ ਹਾਲਾਤ ਦੇਖ ਕੇ ਵੀ ਕਰਨਾ ਚਾਹੀਦਾ ਬੰਦੇ ਨੂੰ। ਵੀ ਹੁਣ ਮੈਂ ਤਾਂ ਮਜਬੂਰੀ ਤੌਰ 'ਤੇ ਆਈ ਹਾਂ, 1000 ਰੁਪਏ ਖਰਚ ਕਰਕੇ ਆਈ ਹਾਂ, ਮੇਰੇ ਵੱਲੇ ਤਾਂ ਕੁਛ ਵੀ ਨਹੀਂ ਪਿਆ, ਮੈਂ ਤਾਂ ਉਹੀ ਗੱਲ ਨਿਰਾਸ਼ ਹੋ ਕੇ ਮੁੜ ਗਈ ਵੀ ਹੁਣ ਇਹਨਾਂ ਨੂੰ ਹਾਲਾਤ ਵੀ ਦੇਖਣੇ ਚਾਹੀਦੇ ਨੇ, ਵੀ ਹਾਲਾਤ ਦੇ ਤੌਰ 'ਤੇ ਵੀ ਦੇਣੀ ਚਾਹੀਦੀ, ਕੋਈ ਸਰਟੀਫਿਕੇਟ ਦੇ ਨਾਲ ਤਾਂ ਨਹੀਂ ਜ਼ਰੂਰੀ ਹੈਗਾ, ਜੇ ਤਾਂ ਉਹ ਝੂਠ ਦਾ ਬਣਾਇਆ ਹੋਇਆ ਫਿਰ ਤਾਂ ਕਹਿਣ ਮੇਰੇ ਹਾਲਾਤ ਵੀ ਦੇਖਣ ਵੀ ਸੱਚ ਦਾ ਕਿ ਝੂਠ ਦਾ, ਐਂ ਵੀ ਇਹ ਹਾਲਾਤਾਂ ਦੇ ਹਿਸਾਬ ਨਾਲ ਹੈ ਨਾ। ਹੁਣ ਜੇ ਡਾਕਟਰ ਨੇ ਕਰਤਾ ਉਹ ਤਾਂ ਨਹੀਂ ਮੇਰੀ ਗਲਤੀ, ਮੇਰਾ ਹਾਲਾਤਾਂ ਦੀ ਨੇ ਕਹਿ ਵੀ ਦਿੰਦੇ, ਜਵਾਬ ਵੀ ਦੇ ਦਿੰਦੇ ਆਪਾਂ। ਹਾਂ ਜਵਾਬ ਦੇ ਦਿੰਦੇ ਜੀ, ਅਸੀਂ ਨਾ ਆਉਂਦੇ ਉਹਨਾਂ ਦੀ ਖਰਚਾ ਕਰਕੇ ਆਏ ਹਾਂ, ਸਾਨੂੰ ਕੋਈ ਫਾਇਦਾ ਨਾ ਨਿਕਲਿਆ, ਬਾਕੀ ਸਿਰੇ ਹੁਣ ਤੁਹਾਨੂੰ ਮੈਂ ਦੀਸਦੀਆਂ ਵੀ 100-100 ਹੈਗੀਆਂ, ਇਹ 70 ਜੇ ਡਾਕਟਰ ਨੇ ਆਉਣਾ ਤਾਂ ਉਹ 'ਚ ਤਾਂ ਕੋਈ ਮੇਰੀ ਉਹ ਨਹੀਂ ਹੈਗੀ। ਫਿਰ ਕਹਿੰਦੇ ਡਾਕਟਰ ਦੀ ਟੀਮ ਬੈਠੂਗੀ, ਉਹਨਾਂ ਨੇ ਸਾਨੂੰ ਇਹ ਵੀ ਦਿਲਾ ਉਹ ਦਿੱਤਾ ਸੀ ਵੀ ਡਾਕਟਰ ਦੀ ਟੀਮ ਬੈਠੂਗੀ, ਮੌਕੇ ਦੇ ਡਾਕਟਰ ਦੇਖ ਲੈਣਗੇ ਵੀ ਜੇ ਹੋਇਆ ਤਾਂ ਯੋਗ ਹੋਏ ਤਾਂ ਆਪਾਂ ਦਵਾ ਦਾਂਗੇ। ਹੁਣ ਕੀ ਮੰਗ ਕਰਦੇ ਹੋ ਸਰਕਾਰ? ਹੁਣ ਅਸੀਂ ਤਾਂ ਮੰਗ ਇਹੀ ਕਰਦੇ ਵੀ ਮੂਰਖ ਨਾ ਬਣਾਇਆ ਜਾਵੇ, ਵੀ ਕੋਈ ਵੀ ਇਨਫੋਰਮੇਸ਼ਨ ਦੇਣੀ ਹੈ ਵਧੀਆ ਤਰੀਕੇ ਨਾਲ ਦਿਓ ਵੀ ਤਾਂ ਜੋ ਇਹ ਜੇ ਲੋਕ ਵਿਚਾਰੇ ਤੰਗ ਨਾ ਹੋ ਸਕਣ। ਅਮਰਜੀਤ ਸਿੰਘ, ਪੰਜਾਬ ਤੱਕ, ਮਾਨਸਾ।